भाई साहब आप मेरे कुछ नहीं करना इनका, ये पैसे वाले लोग हैं, दो ये चोर है, चोर है, मैं बच्चा बात ऑपरेशन किया इन्होंने, लड़की हुई, इन्होंने ना अंदर की सफाई नहीं की अच्छी तरह, तो मैंने भगवान पे, मुझे भगवान ने ना कोई ऐसा दिमाग दिया कि इसकी दूरबीन का ऑपरेशन करा, मुझे तब भी केस खराब है, तो दोबारा क्यों आए? मेरा मेरे को नहीं पूछा, मेरे भाई राजा ऑपरेशन इन्होंने किया था, इनके पास ही आना था, फिर उसके बाद नहीं, मैंने बाहर जाके दूरबीन का ऑपरेशन करवाया, इसका अल्ट्रासाउंड, उसके बाद हमें चला पता कि इसके अंदर कुछ ना क्लॉट रहने दिए इन लोगों ने, बेटा तीसरे महीने के बाद प्रॉपर ऑपरेशन किया इसमें, नहीं तो मेरी बेटी है, ये बड़ी बेटी थी मेरी, ये वाली बहू थी मेरी, ये तो मुझे भगवान ने दी, अब मेरी बेटी चल गई, मैं हूँ, लेकिन बाद में आपके साथ में बहुत बुरा करेगी दोबारा हमारा ऐसा केस की, इसने बहुत बुरा किया हमारे साथ, बहुत जुल्म किया, अगर नहीं इनसे नहीं किया जाता ऑपरेशन, इसने क्यों आया अपना हाथ उसको उसको बोला कि मैंने कर देना ऑपरेशन, क्यों बोला बेटा भाई, मना कर देते, सुबह मना कर देते, सुबह मना कर, खराबी है कोई, कोई अंदर प्रॉब्लम ही ना, हमें बताना था, क्यों नहीं बताया, ये डॉक्टर है, ये बता सकता था, डॉक्टर दूसरा रूप भगवान का होता है, लेकिन ये तो बेईमान डॉक्टर है, ये डॉक्टर नहीं है, नहीं है डॉक्टर ये, इसने भाई साहब तीसरा केस किया खराब हो गया, चलो
ਡਿਵਾਈਡ ਕਰ ਲੈਣਾ। ਇਹ ਚੀਜ਼ ਹੈ ਕਿ ਉਹਨੂੰ ਕੋਈ ਬਿਮਾਰੀ ਨਹੀਂ ਸੀਗੀ, ਬਿਲਕੁਲ ਤੰਦਰੁਸਤ ਆਈ ਤੁਹਾਡੇ ਕੋਲ। ਬਿਮਾਰੀ ਦੇ ਪਿੱਤਾ ਹੀ ਸੀ ਨਾ, ਨੋਰਮਲ ਮਾਈਨਰ ਆਪਰੇਸ਼ਨ ਕਹਿੰਦੇ ਇਹਨੂੰ। ਡਾਕਟਰ ਸਾਹਿਬ ਇੱਕ ਬਾਤ ਹੈ, ਪਿੱਤਾ ਹੀ ਕੱਟਣਾ ਸੀ ਬਸ। ਮਿੰਟ ਦੋ ਮੁਝੇ, ਆਪ ਸੀਨੀਅਰ ਹੈ ਇਸ ਹਸਪੀਟਲ, ਸਭ ਤੋਂ ਜ਼ਿਆਦਾ ਸੀਨੀਅਰ। ਆਪ ਇੱਕ ਸਟੱਡੀ ਮੈਂ ਹੁਆ ਜੀ ਆਪਰੇਸ਼ਨ, ਆਪ ਗਏ ਥੇ ਅੰਦਰ? ਹਾਂ ਮੈਂ ਗਿਆ ਥਾ, ਗਏ ਥੇ ਬੜਾ ਇਲਾਜ ਕੀਤਾ, ਬੜੇ ਬੜੇ ਡਾਕਟਰ ਆਏ, ਫਾਰਮ ਕੰਟਰੀ ਤੋਂ ਬੜੇ ਬੜੇ ਡਾਕਟਰ ਆਏ। ਹਾਂਜੀ, ਰੈਫਰ ਕਰਾਇਆ ਆਰਮੀ ਹਾਸਪਿਟਲ ਦਾ, ਐਸੇ ਮਤ ਕਰੋ, ਐਸੇ ਮਤ। ਆਰਮੀ ਹਸਪੀਟਲ ਰੈਫਰ ਕਰਾਇਆ ਕਿ ਲੜਕਾ ਸਰਵਿਸ ਕਰਦਾ ਦਾ 30,000 ਰੁਪਏ ਮਹੀਨੇ ਦਾ ਖਰਚਦਾ, ਉਹ ਨਹੀਂ ਤਾਂ ਹਮ ਕਹਾਂ ਪੜਾ ਸਕਦੇ। ਇਸਨੇ ਮਹਿੰਗੇ ਸਕੂਲ ਮੈਂ ਡਾਲ ਰੱਖਿਆ, ਅੱਜ ਇਹਨਾਂ ਨੇ ਬੇੜਾ ਗਰਕ ਕਰ ਦਿਆ। ਅਭੀ ਪੂਛਾ ਮੈਨੇ ਬੋਲਦੇ ਨਏ ਲੜਕੇ ਨਹੀਂ ਥੇ, ਪੁਰਾਣੇ ਲੜਕੇ ਥੇ, 20 ਸਾਲ ਹੋ ਗਏ ਥੇ ਇਨਕੋ ਆਪਰੇਸ਼ਨ ਕਰਤੇ, 20 ਸਾਲ ਹੋ ਗਏ ਥੇ ਇਨਕੋ ਆਪਰੇਸ਼ਨ ਕਰਤੇ। ਮੁਝੇ ਕਿਆ ਪਤਾ ਥਾ ਵੀ ਨਏ ਲੜਕੇ ਹੈ ਜਾਂ ਪੁਰਾਣੇ ਹੈ। ਡਾਕਟਰ ਸਾਹਿਬ ਕਿਸੇ ਕੀ ਲਾਈਫ ਦੇਖਣੀ, 25 ਸਾਲ ਉਮਰ ਦੀ ਲੜਕੀ ਕੀ ਜਾਂ 26 ਸਾਲ, ਇਤਨੇ ਬੱਚੇ ਸਰ, 25 ਸਾਲ ਉਮਰ ਦੀ ਲੜਕੀ ਕੀ, ਖੁਦ ਖੜੇ ਹੋਣਾ ਦਾ ਡਾਕਟਰ ਨੇ, ਪਤਾ ਨਹੀਂ ਰੱਬ ਨੇ ਕੀ ਨਾ ਕੀਤਾ ਹੋਣਾ, ਕੀ ਤਾਂ ਮਾਲਕ ਨੂੰ ਹੋਣਾ ਪਤਾ ਮੈਨੂੰ ਨਹੀਂ ਪਤਾ। ਕਿਹੜਾ ਹਸਪੀਟਲ ਕਿਹੜਾ ਜੀ? ਇਹ ਸੁਖ ਸਦਨ, ਡਾਕਟਰ ਕਹਿੰਦਾ ਹਮਨੇ ਬਹੁਤ ਬਚਾਓ ਕੀ, ਬਹੁਤ ਬਚਾ ਗਈ ਹਮਨੇ। ਸਾਡੇ ਜੀਜਾ ਜੀ ਜੀ ਤੇ ਜਿਹਨਾਂ ਦੀ ਡੈਥ ਹੋਈ, ਉਹ ਕੌਣ? ਉਹ ਸਾਡੀ ਸਿਸਟਰ ਜੀ। ਕਿੰਨੇ ਬੱਚੇ ਸੀ? 3 ਬੱਚੇ, 2 ਕੁੜੀਆਂ, ਇੱਕ ਮੁੰਡਾ ਛੋਟਾ ਜਿਹਾ। ਤੇ ਅੱਜ ਕੀ ਵਾਕਿਆ ਹੋਇਆ? ਸਰ ਬੋਲਦੇ ਸਵੇਰੇ ਆਪਰੇਸ਼ਨ ਕਰਨ ਥੀਏਟਰ 'ਚ ਗਏ, ਤੇ ਬੋਲਦੇ ਬਸ ਬਲੱਡ ਹੀ ਵਗਣ ਗਿਆ। ਕਿਸ ਚੀਜ਼ ਦਾ ਆਪਰੇਸ਼ਨ ਸੀ? ਪੱਥਰੀ ਦਾ ਆਪਰੇਸ਼ਨ ਹੋਇਆ ਜੀ। ਤੇ ਕਿਹੜੀ ਜਗ੍ਹਾ ਤੋਂ ਆ ਰਹੇ ਸੀ? ਪਿੱਤੇ ਦੇ ਆਪਰੇਸ਼ਨ ਦਾ। ਕਿਹੜੀ ਜਗ੍ਹਾ ਤੋਂ ਆਪਰੇਸ਼ਨ ਕਰਾ ਰਹੇ? ਬੰਦਾ ਨਹੀਂ ਮਰਦਾ। ਹਸਪੀਟਲ ਦਾ ਨਾਮ? ਹਸਪੀਟਲ ਦਾ ਨਾਮ ਜੀ ਸ਼ੁੱਧ ਸਦਨ। ਨਹੀਂ ਮਰਦਾ। ਤੇ ਕਿਹੜਾ ਡਾਕਟਰ ਕਿਹੜਾ ਸੀ ਪਤਾ? ਡਾਕਟਰ ਸਰ ਵੱਡਾ ਡਾਕਟਰ ਹੀ ਹੈ, ਨਾਂ ਦੀ ਨਾ ਹੁੰਦਾ ਪਤਾ। ਕਿੰਨੀ ਏਜ ਤੁਹਾਡੀ ਸਿਸਟਰ ਦੀ? ਛੋਟੇ ਬੱਚੇ ਨੇ, ਬੱਚੇ ਰਹਿ ਗਏ ਸਰ। ਹੁਣ ਕੋਈ ਕਾਰਵਾਈ ਦੀ ਮੰਗ ਕਰਦੇ ਤੁਸੀਂ? ਸਰ ਉਹ ਤਾਂ ਕਰਨੇ ਪੈਣੇ ਸਰ। ਉਹਨਾਂ ਨਾਂ ਦੀ ਲੜਕੀ ਹੈ, ਉਹਦਾ ਜਿਹੜਾ ਉਹ ਪਿੱਤੇ ਦਾ ਆਪਰੇਸ਼ਨ ਸੀਗਾ, ਜਿਹੜੇ ਜੋ ਐਜ਼ ਪਰ ਸਾਡੀ ਇਨਫੋਰਮੇਸ਼ਨ ਉਹਦਾ ਪਿੱਤੇ ਦਾ ਆਪਰੇਸ਼ਨ ਚੱਲ ਰਿਹਾ ਸੀਗਾ, ਜਿਹਦੇ ਵਿੱਚ ਕੋਈ ਕੰਪਲੀਕੇਸ਼ਨ ਆਉਣ ਕਰਕੇ ਜਿਹੜਾ ਉਹਦੀ ਡੈਥ ਹੋ ਗਈ ਹੈ। ਜੋ ਉਹਦੀ ਫੈਮਿਲੀ ਹੈ, ਜਿਹੜੀ ਜਿਹਦੀ ਲੜਕੀ ਦੀ ਡੈਥ ਹੋਈ, ਉਹਦੀ ਫੈਮਿਲੀ ਡਿਮਾਂਡ ਕਰ ਰਹੀ ਹੈ ਕਿ ਜਿਹੜੀ ਇਹ ਡਾਕਟਰਾਂ ਦੀ ਨੈਗਲੀਜੈਂਸੀ ਕਰਕੇ ਹੋਇਆ, ਉਹਦਾ ਜੋ ਪ੍ਰੋਸੀਜਰ ਹੈਗਾ ਕਾਨੂੰਨੀ ਪ੍ਰੋਸੀਜਰ, ਉਹੀ ਅਡੋਪਟ ਕਰ ਰਿਹਾ। ਫਿਲਹਾਲ ਅਸੀਂ ਡੈਡ ਬੋਡੀ ਜਿਹੜੀ ਹੈ ਉਹ ਸਿਵਲ ਹਸਪੀਟਲ ਮੋਰਚ ਵਿੱਚ ਸ਼ਿਫਟ ਕਰਤੀ ਹੈ, ਔਰ ਇਹਨਾਂ ਦੀ ਸਟੇਟਮੈਂਟ ਲਿਖ ਕੇ ਜੋ ਵੀ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਉਹ ਕੀਤੀ ਜਾ ਰਹੀ ਹੈ।